ਆਲਟੀ ਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਵਾਗਤ। ਪੁਰਾਣੀ ਰਾਜਨੀਤੀ ਰੰਜਿਸ਼ ਦੇ ਚੱਲਦੇ ਆ ਬਟਾਲਾ ਚ ਦੋ ਧਿਰਾਂ ਦੇ ਵਿੱਚ ਖੂਨੀ ਤਕਰਾਰ, ਦੋਵਾਂ ਧਿਰਾਂ ਦੇ ਨੌਜਵਾਨ ਜ਼ਖਮੀ। ਏਅਰਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ, ਨਾਲ ਹੀ ਬੈਲ ਆਈਕੋਨ ਵੀ ਦਬਾ ਲਓ। ਬਟਾਲਾ ਸ਼ਹਿਰ ਦੇ ਅੰਦਰ ਅੱਜ ਮਾਹੌਲ ਉਸ ਵੇਲੇ ਤਣਾਅਪੂਰਨ ਬਣ ਗਿਆ ਜਦ ਪੁਲਿਸ ਥਾਣਾ ਸਿਟੀ ਦੀ ਹਦੂਦ ਤੋਂ ਕੁਝ ਦੂਰੀ ਤੇ ਪੁਰਾਣੀ ਰਾਜਨੀਤਿਕ ਰੰਜਿਸ਼ ਦੇ ਚੱਲਦੇ ਆ ਦੋ ਧਿਰਾਂ ਦੇ ਵਿੱਚ ਤਕਰਾਰ ਹੋਈ। ਦੋਵਾਂ ਧਿਰਾਂ ਦੇ ਚਾਰ ਲੋਕ ਜ਼ਖਮੀ ਹੋਏ ਨੇ। ਇੱਕ ਨੌਜਵਾਨ ਨੂੰ ਗੋਲੀ ਲੱਗਣ ਦਾ ਵੀ ਮਾਮਲਾ ਸਾਹਮਣੇ ਆਇਆ ਤੇ ਪੁਲਿਸ ਜਾਂਚ ਦੇ ਵਿੱਚ ਜੁਟੀ ਹੋਈ ਹੈ। ਪੁਲਿਸ ਥਾਣਾ ਸਿਟੀ ਇੰਚਾਰਜ ਖੁਸ਼ਬੂ ਸ਼ਰਮਾ ਦਾ ਕਹਿਣਾ ਹੈ ਕਿ ਦੋਵਾਂ ਧਿਰਾਂ ਦੇ ਵਿੱਚ ਪੁਰਾਣੀ ਰੰਜਿਸ਼ ਨੂੰ ਲੈ ਕੇ ਝਗੜਾ ਹੋਇਆ ਹੈ ਤੇ ਇਹਨਾਂ ਦੋਵਾਂ ਦੀ ਪਹਿਲਾਂ ਵੀ ਤਕਰਾਰਾਂ ਹੋ ਚੁੱਕੀਆਂ ਹਨ ਜਿਸ ਦੇ ਮਾਮਲੇ ਥਾਣੇ ਅੰਦਰ ਦਰਜ ਹਨ। ਜਦ ਕਿ ਅੱਜ ਦੇ ਮਾਮਲੇ ਦੇ ਵਿੱਚ ਉਹਨਾਂ ਵੱਲੋਂ ਮੌਕੇ ਤੇ ਪਹੁੰਚ ਕੇ ਤਫਤੀਸ਼ ਕੀਤੀ ਜਾ ਰਹੀ ਹੈ। ਹੁਣ ਤੱਕ ਜੋ ਸਾਹਮਣੇ ਆਇਆ ਉਸ ਵਿੱਚ ਦੋਵੇਂ ਧਿਰਾਂ ਦੇ ਚਾਰ ਲੋਕ ਜ਼ਖਮੀ ਹੋਏ ਹਨ। ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਦੇ ਵਿੱਚ ਜੋ ਵੀ ਸਾਹਮਣੇ ਆਏਗਾ ਉਸ ਅਨੁਸਾਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਤੁਸੀਂ ਦੇਖ ਰਹੇ ਹੋ ਬਟਾਲਾ ਤੋਂ ਜਸਵਿੰਦਰ ਬੇਦੀ ਦੀ ਇਹ ਵਿਸ਼ੇਸ਼ ਰਿਪੋਰਟ। ਮੈਂ ਜਤਿੰਦਰ ਕਲਿਆਣਾ ਜੀ। ਕੀ ਮਸਲਾ? ਲਗਾਤਾਰ 4 ਇਲੈਕਸ਼ਨ ਲੜਿਆ ਕੌਂਸਲਰ ਤੇ ਬੀਜੇਪੀ ਵੱਲੋਂ, ਜਿਹਦੇ ਕਰਕੇ ਅਕਸਰ ਮੇਰੇ ਘਰ ਦੇ ਵਿੱਚ ਮੇਰੇ ਬੱਚਾ ਤੇ ਹਮਲੇ, ਇਹ ਵਿਰੋਧੀ ਧਿਰ ਜਿਹੜੀ ਆ ਉਹ ਕਰਦੀ ਆ ਰਹੀ ਆ। ਅੱਜ ਮੈਂ ਕੋਰਟ ਕੰਪਲੈਕਸ ਵਿੱਚ ਗਿਆ ਸੀ ਜੇ ਤੇ ਮੇਰਾ ਬੇਟਾ ਗੌਬਜੀ ਘਰ ਇਕੱਲਾ ਸੀ ਤੇ ਇਹ ਮੇਰੇ ਘਰ ਦੇ ਥੱਲੇ ਖਲੋ ਕੇ, ਜੋ ਮੈਨੂੰ ਪਤਾ ਲੱਗਾ ਮੇਰੇ ਘਰ ਦੇ ਥੱਲੇ ਖਲੋ ਕੇ ਬੂਹੇ ਦੇ ਵਿੱਚ ਉੱਚੀ ਉੱਚੀ ਗਾਲੀ ਗਲੋਚ ਸਾਨੂੰ ਕਰਦੇ ਪਏ ਸੀ, ਜਿਨ੍ਹਾਂ ਨੂੰ ਮੇਰਾ ਬੇਟਾ ਸਮਝਾਉਣ ਗਿਆ ਵੀ ਤੁਸੀਂ ਯਾਰ ਗਾਲਾਂ ਕਿਉਂ ਕੱਢਦੇ ਪਏ ਜੇ, ਤੇ ਇਹਨੇ ਕਹਿਣ ਤੇ ਹੀ ਮੇਰੇ ਬੇਟੇ ਨੂੰ ਇਹਨਾਂ ਨੇ ਮਾਰਨਾ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਉਹਦੇ ਸੱਟਾਂ ਲਾਤੀ ਆ ਤੇ ਮੈਨੂੰ ਫੋਨ ਕੀਤਾ ਕਿ ਵੀ ਮੇਰੇ ਬੇਟੇ ਗੌਬਜੀ ਦੇ ਸੱਟਾਂ ਲੱਗ ਗਈਆਂ ਆ। ਮੈਂ ਕੋਰਟ 'ਚੋਂ ਵਾਪਸ ਆਪਣੇ ਘਰ ਵੱਲ ਨੂੰ ਆ ਰਿਹਾ ਸੀ। ਮੇਰਾ ਛੋਟਾ ਬ੍ਰਦਰ ਚਾਚਾ ਜੀ ਦਾ ਬੇਟਾ ਹੈਪੀ ਕਲਿਆਣ, ਉਹ ਆਪਣੇ ਬੇਟਿਆਂ ਨੂੰ ਸਕੂਲੋਂ ਲੈ ਕੇ ਵਾਪਸ ਆ ਰਿਹਾ ਸੀ। ਕੁਦਰਤੀ ਅਸੀਂ ਦੋਨੇ ਹੀ ਨੇ ਆਪਣੇ ਹਸਲੀ ਪੁਲ ਦੇ ਲਾਗੇ ਇਕੱਠੇ ਹੋ ਗਏ ਅਤੇ ਅਸੀਂ ਘਰ ਨੂੰ ਪੈਦਲ ਤੁਰੇ ਜਾ ਰਹੇ ਸੀ। ਖਾਲਸਾ ਸਕੂਲ ਵਾਲੀ ਗਲੀ 'ਚ ਆਏ ਹਾਂ ਅਤੇ ਇਹ ਪਹਿਲਾਂ ਤੋਂ ਹੀ ਸਾਡੀ ਵੇਟ ਕਰਦਾ ਪਿਆ, ਸਾਰਾ ਪਰਿਵਾਰ, ਸਾਰੇ ਦੋਸ਼ੀ ਜਿੰਨੇ ਆ ਜਿਨ੍ਹਾਂ ਨੇ ਮੇਰੇ ਬੇਟੇ ਨੂੰ ਪਹਿਲਾਂ ਸੱਟਾਂ ਲਾਈਆ ਅਤੇ ਉੱਥੋਂ ਦੌੜ ਕੇ ਆ ਗਏ ਅਤੇ ਬਾਅਦ 'ਚ ਇਹ ਮੇਰੀ ਵੇਟ ਕਰਨ ਲੱਗ ਪਏ। ਬਾਅਦ 'ਚ ਇਹਨਾਂ ਨੇ ਸਾਡੇ ਦੋਨਾਂ ਦੇ ਉੱਤੇ ਹਮਲਾ ਕਰ ਦਿੱਤਾ। ਪਹਿਲਾਂ ਮੇਰੇ 'ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ, ਮੈਂ ਗੱਡੀ ਤੋਂ ਬਚਿਆ ਅਤੇ ਬਾਅਦ 'ਚ ਇਹ ਸਾਰਾ ਪਰਿਵਾਰ ਜਾਣੀ ਕਿ ਮੇਰੇ 'ਤੇ ਦਾਤਰ ਲੈ ਕੇ। ਤੁਹਾਡੇ ਵੱਲੋਂ ਕਿੰਨੇ ਲੋਕ ਜ਼ਖਮੀ ਹੋਏ? ਅਸੀਂ ਦੋਨੇ ਬ੍ਰਦਰਸ ਨੂੰ ਸੱਟਾਂ ਲਾ ਦੀਆਂ ਜੀ ਇਹਨਾਂ ਨੇ। ਉਹ ਦੂਸਰੇ ਪਾਸੇ ਕਿੰਨੇ? ਕੋਈ ਵੀ ਨਹੀਂ ਹੋਇਆ ਜੀ, ਤੁਸੀਂ ਸੀਸੀ ਫੁਟੇਜ ਜਿਹੜੀ ਆ ਉਹ ਵੇਖ ਸਕਦੇ ਜੇ। ਜਿਹੜਾ ਕਿਹਾ ਜਾ ਰਿਹਾ ਗੋਲੀ ਵੀ ਚੱਲੀ ਗਈ? ਗੋਲੀ ਇਹਨਾਂ ਨੇ, ਜੋ ਮੈਨੂੰ ਪਤਾ ਲੱਗਾ ਆ ਕਿ ਇਹ ਜਿਹੜਾ ਹਰਸ਼ ਆ ਇਹ ਅੱਗੇ ਵੀ ਇਹਨੇ ਗੁਰਦਾਸਪੁਰ ਰੋਡ ਦੇ ਉੱਤੇ ਜਿਹੜਾ ਇੱਕ ਪੁਲਿਸ ਮੁਲਾਜ਼ਮ ਦੇ ਘਰ ਹਮਲਾ ਹੋਇਆ ਸੀ ਉਹਦੇ ਨਾਲ ਮਿਲ ਕੇ ਇਹਨੇ ਗੋਲੀਆਂ ਚਲਾਈਆਂ ਵਾ ਅਤੇ ਇਹ ਪਰਚੇ ਦੇ ਵਿੱਚ ਸ਼ਾਇਦ ਇਨਵੋਲਵ ਹੈਗਾ ਆ ਕਿਉਂਕਿ ਇਹਦੇ ਘਰ ਪੁਲਿਸ ਰੇਡ ਵਾਰ ਵਾਰ ਹੁੰਦੀ ਰਹੀ ਆ। ਤੇ ਸਾਡੇ ਕੇਸ ਦੇ ਵਿੱਚ ਜੋ ਮੈਨੂੰ ਪਤਾ ਲੱਗਾ ਆ, ਅਸੀਂ ਤਾਂ ਇੱਥੇ ਥਾਣੇ ਬੈਠੇ ਤੇ ਸਾਰਾ ਪਰਿਵਾਰ, ਤੇ ਜਦੋਂ ਅਸੀਂ ਜਾਣੀ ਕਿ ਥਾਣੇ ਆ ਗਏ ਹਾਂ ਉਸ ਤੋਂ ਬਾਅਦ ਇਹਨਾਂ ਨੇ ਮੇਰੇ ਘਰ ਦੀ ਤੋੜ ਭੰਨ ਵੀ ਕੀਤੀ ਆ। ਲੜਾਈ ਹੈ ਕਿਸ ਗੱਲ ਦੀ? ਲੜਾਈ ਸਰ ਪੋਲੀਟੀਕਲ ਈਗੋ, ਮੈਂ ਇਹਨਾਂ ਕੋਲੋਂ ਹਰਦਾ ਨਹੀਂ ਆ। ਇਸ ਵਾਰ ਵੀ ਜਿਹੜਾ ਕੌਂਸਲਰ ਦਾ ਇਲੈਕਸ਼ਨ ਹੋਇਆ ਸੀ ਮੈਂ ਟਾਈ ਹੋਇਆ ਜੀ ਇਹਨਾਂ ਕੋਲੋਂ, ਤੇ ਬਸ ਈਗੋ ਦੀ ਲੜਾਈ ਆ, ਹੋਰ ਨਾ ਤੇ ਇਹਨਾਂ ਨਾਲ ਸਾਡੀ ਕੋਈ ਸਾਂਝ ਆ, ਨਾ ਕੋਈ ਘਰ ਸਾਂਝਾ ਆ ਤੇ ਨਾ ਕੋਈ ਇਹੋ ਜਿਹੀ ਗੱਲ ਆ, ਪੋਲੀਟੀਕਲ ਲੜਾਈ ਕਹਿ ਸਕਦੇ ਆਪਾਂ। ਮੈਂ ਆਰਤੀ ਕਲਿਆਣ ਬੋਲਦੀ ਪਈ, ਗੋਮਜੀ ਦੀ ਮੰਮੀ ਜਤਿੰਦਰ ਦੀ ਵਾਈਫ, ਕਲਿਆਣ ਜੀ ਦੀ ਵਾਈਫ ਬੋਲਦੀ ਪਈ। ਮੇਰਾ ਬੇਟਾ ਘਰ ਸੁੱਤਾ ਦਾ ਸੀ, ਆ ਆਏ ਇਹਨਾਂ ਨੇ ਸਾਡੇ ਬੂਹੇ ਦੇ ਬਾਹਰ ਖੜੇ ਹੋ ਕੇ ਮਾਵਾਂ ਭੈਣਾਂ ਦੀਆਂ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਹੋਰ ਮਾਵਾਂ ਭੈਣਾਂ ਦੀਆਂ ਗਾਲਾਂ ਸੁਣਨਾ, ਮੇਰਾ ਬੇਟਾ ਥੱਲੇ ਗਿਆ ਆਈ ਆ ਤੇ ਇਹਨਾਂ ਨੇ ਨਾ ਪਿੱਠ ਪਿੱਛੋਂ ਵਾਰ ਹਮੇਸ਼ਾ 7-8 ਪੈਂਦੇ। ਮੇਰਾ ਬੇਟਾ ਇਕੱਲਾ ਸੀ, ਨਾ ਕੋਈ ਹਥਿਆਰ ਸੀ ਨਾ ਕੁਛ ਸੀ।
ਇਹਨਾਂ ਨੇ ਮੇਰੇ ਬੇਟੇ ਦੇ ਪਿੱਛੇ ਮਰੇ ਕਿ ਪਿੱਛੋਂ ਸਿਰ ਤੇ 3 ਵਾਰ ਕੀਤੇ ਆ, ਮੇਰੇ ਬੇਟੇ ਨੂੰ ਘਾਇਲ ਕੀਤਾ। ਬਾਅਦ ਚ ਮੇਰਾ ਘਰ ਵਾਲੇ ਮੀਟਿੰਗ ਕਲਿਆਣ ਦੀ ਮੀਟਿੰਗ ਤੇ ਗਏ ਰਹੀ, ਉਹਨਾਂ ਨੂੰ ਫੋਨ ਕੀਤਾ ਕਿ ਬੇਟੇ ਨੂੰ ਕੱਲੇ ਪੈਸੇ ਨੇ, ਕਲਿਆਣ ਦੀ ਆਉਂਦੇ ਪਏ ਨੇ ਤੇ ਉਹਨਾਂ ਨੂੰ ਪੈ ਗਿਆ, ਉਹਨਾਂ ਦਾ ਛੋਟਾ ਭਰਾ ਉਹਨਾਂ ਤੋਂ ਪਿਆ, ਫਿਰ ਉਹਨਾਂ ਨੇ ਇਹਨਾਂ ਤੇ ਵਿੱਟਾਂ ਭਰਾਈਆਂ। ਹੁਣ ਦੇਖੋ ਕਿੰਨੀ ਚਾਸ ਸੀ, ਕਿੰਨੇ ਸਾਡੇ 3 ਨੇ, ਨਹੀਂ ਜੀ ਗੋਲੀ ਕੋਈ ਹੈ ਨੀ ਹਥਿਆਰ ਸਾਡੇ ਕੋਈ, ਤੇ ਗੋਲੀ ਕਿੱਥੋਂ ਚੱਲ ਜਾਂਦੀ? ਮੇਰੇ ਹਸਬੈਂਡ ਦੇ, ਕਲਿਆਣ ਜੀ ਦੇ, ਉਹਨਾਂ ਦੇ ਛੋਟੇ ਬ੍ਰਦਰ ਦੇ, ਮੇਰੇ ਬੇਟੇ ਛੋਟੇ ਦੇ, ਗੋਮ ਜੀ ਦੇ, ਗੋਮ ਜੀ ਦੇ ਪਹਿਲੋਂ ਹੱਥੀ ਪਏ ਨੇ, ਗੋਮ ਜੀ ਦੇ ਮਾਰ ਗਏ। ਪਤਾ ਨੀ ਇਹਨਾਂ ਨੇ ਸਾਡੇ ਕੋ ਕੀ ਲੈਣੀ, ਕਿਹੜੀ ਜ਼ਮੀਨ ਸਾਡੇ ਕੋ ਵੰਡਾਉਣੀ, ਸਾਨੂੰ ਦੱਸਦੇ ਵੀ ਨਹੀਂ ਆ। ਅੱਗੇ ਪਰਚੋ ਪਰਚੇ ਹੋਏ ਦੇ, ਅੱਗੇ ਵੀ ਇਹਨਾਂ ਨੇ ਬੈਠੇ ਪਿੱਛੇ ਵਾਰ ਕਰਕੇ। ਮੈਂ ਹਰਸ਼ ਮਲਹੋਤਰਾ, ਸਿਟੀ ਵਾਰਡ ਸਭਾ ਪ੍ਰੈਜ਼ੀਡੈਂਟ। ਕੀ ਹੋਇਆ, ਕੀ ਇਹ ਕਿ ਜਿਹੜੇ ਸਾਡੇ ਪਰਿਵਾਰ ਮੈਂਬਰ ਛੋਟੇ ਜਿਹੜੇ ਬੱਚੇ ਸੀਗੇ, ਉਹਨਾਂ ਦੇ ਨਾ ਜਤਿੰਦਰ ਕਲਿਆਣ ਨੇ ਜਿਹੜਾ ਕਿ ਸਾਡੇ ਬਰਖਲਾਫ ਇਲੈਕਸ਼ਨ ਖਲੋਤਾ ਸੀਗਾ, ਉਹਨੇ ਗੋਲੀ ਚਲਾਈ ਆ ਛੋਟੇ ਬੇਟੇ ਦੇ। ਤੇ ਕਿੰਨੇ ਲੋਕ ਜ਼ਖਮੀ ਹੋਏ? 2 ਜਣੇ ਜ਼ਖਮੀ ਹੋਏ। ਤੇ ਉਹਨਾਂ ਵੱਲੋਂ ਕੋਈ ਜ਼ਖਮੀ ਹੋਇਆ? ਉਹਨਾਂ ਵੱਲੋਂ ਪਤਾ ਨਹੀਂ ਜੀ ਕੌਣ। ਕੀ ਕਾਰਨ ਕੀ ਲੜਾਈ ਦਾ, ਇੰਨਾ ਵੱਡਾ ਕਲੈਸ਼ ਹੋ ਜਾਣਾ? ਕਾਰਨ ਲੜਾਈ ਦਾ ਇਹੀ ਹੈ, ਪੋਲੀਟੀਕਲ ਲੈਂਡ। ਪੋਲੀਟੀਕਲ ਲੈਂਡ ਕੀ ਹੈ? ਹਾਂਜੀ, ਕੀ ਪੋਲੀਟੀਕਲ, ਕੀ ਸਿਆਸੀ ਰੰਦੇ? ਸਿਆਸੀ ਰੰਦੇ ਸੀ ਇਹੀ ਆ ਕਿ ਇਹ ਸਾਡਾ ਜਿਹੜਾ ਕਿ ਇਲੈਕਸ਼ਨਾਂ ਦੇ ਵਿੱਚ ਬਰਾਬਰ ਜਿਹੜਾ ਟਾਈ ਹੋ ਗਿਆ, ਔਰ ਤੋਂ ਇਹ ਖੁੰਦਕ ਖਾਂਦਾ ਸਾਡੇ ਤੋਂ, ਉਦੋਂ ਤੋਂ ਝਗੜਾ ਚੱਲ। ਹਾਂਜੀ, ਜਦੋਂ ਅਸੀਂ ਉਹਨਾਂ ਦੇ ਪਰਿਵਾਰ ਨਾਲ ਵੀ ਗੱਲ ਕੀਤੀ, ਤੁਹਾਡੀ ਫੈਮਿਲੀ ਨਾਲ ਵੀ ਗੱਲ ਕੀਤੀ, ਦੋਨੋਂ ਕਹਿ ਰਹੇ ਕਿ ਇੱਕ ਦੂਜੇ ਦੇ ਘਰੇ ਆ ਕੇ ਲੜੇ ਆ? ਨਹੀਂ, ਘਰੇ ਨਹੀਂ ਲੜੇ, ਇਹ ਖਾਲਸਾ ਸਕੂਲ ਦੇ ਲਾਗੇ ਉਹਨਾਂ ਦੀ ਕੋਈ ਲੜਾਈ ਹੋਈ ਆ, ਉੱਥੇ ਜਤਿੰਦਰ ਕਲਿਆਣ ਨੇ ਉਹਦੇ ਫੈਰ ਮਾਰਿਆ। ਜਿਹੜੇ ਤੁਹਾਡੇ 2 ਲੋਕ ਜ਼ਖਮੀ, ਕਿੰਨੇ ਕੁ ਜ਼ਖਮੀ? 2 ਜਣੇ ਆ ਜ਼ਖਮੀ। ਕੀ ਲੱਗਾ ਉਹਨਾਂ ਦਾ? ਉਹਨਾਂ ਦੀ ਗੋਲੀ ਲੱਗੀ ਆ ਜੀ। ਗੋਲੀ ਲੱਗੀ? ਹਾਂ। ਅਜੇ ਕੁਮਾਰ ਸਾਨੂੰ ਜਤਿੰਦਰ ਹੋਇਆ ਕੀ ਆ? ਸਰ ਮੈਂ ਘਰੇ ਸੀ ਤੇ ਮੇਰੇ ਬ੍ਰਦਰ ਨਾਲ ਜਾਂਦੇ ਪਏ ਸੀ, ਮਤਲਬ ਕਿ ਬਾਹਰ ਨੂੰ ਮਹੱਲੇ ਨੂੰ ਆਉਂਦੇ ਪਏ, ਪਿੱਛੋਂ ਕਲਿਆਣ ਦੇ ਮੁੰਡੇ ਨਾ ਅੱਗੋਂ ਘਰੋਂ ਬੁਲਾ ਕੇ ਨਾ ਮੁੰਡਿਆਂ ਨੂੰ ਸਾਡਿਆਂ ਨੂੰ ਬੁਲਾ ਕੇ, ਇਹਨਾਂ ਨੇ ਨਾ ਉਹਨਾਂ ਨੇ ਬੈਂਕ ਲੋਨੀ ਜਾ ਕੇ ਨਾ ਮੋਟਰਸਾਈਕਲ ਸਲਾਰ ਕੇ ਮੇਰੇ ਬੰਦੇ ਦੇ ਸੱਟਾਂ ਮਾਰੀਆਂ, ਨਗਿਆਜ ਉਹ ਵਿਚਾਰੇ ਜਾਣਦੇ, ਠੀਕ ਹੈ, ਮੇਰੇ ਭਰਾ ਦੇ ਗੋਲੀ ਵੱਜੀ ਆ, ਠੀਕ ਹੈ, ਪਰ ਇੰਨਾ ਨੁਕਸਾਨ, ਇਹਨਾਂ ਨੂੰ ਇੰਨੀ ਗੱਲ ਵੀ ਕਹੀ, ਮੈਂ ਕਿਹਾ ਆਪਾਂ ਲੜਨਾ ਨਹੀਂ ਆ, ਆਪਾਂ ਰਾਜੀਨਾਮਾ ਕਰਨਾ ਕਿ ਆਪਾਂ ਇੱਕ ਮਹੱਲੇ ਦੇ ਆ, ਪਰ ਨਹੀਂ ਸਰ ਇਹ ਨਹੀਂ ਮੁੜਦੇ ਪਏ, ਸਾਨੂੰ ਇਨਸਾਫ਼ ਚਾਹੀਦਾ ਵਾ। ਗੋਲੀ ਗੋਲੀ ਗੋਮ ਸੀ ਨੇ ਚਲਾਈ, ਕਲਿਆਣ ਨੇ, 2 ਪਿਸਤੌਲ ਇਹਨਾਂ ਕੋਲ, ਨਹੀਂ ਯਕੀਨ ਨਾ ਤੁਸੀਂ ਉੱਥੇ ਰੋਂਦ ਵੇਖੋ, ਚੈੱਕ ਕਰੋ, ਜਾਂ ਇਹਨਾਂ ਨੇ ਚੁੱਕ ਲੈਣੇ, ਕਿਉਂਕਿ ਮੇਰੇ ਬ੍ਰਦਰ ਦੇ ਇਹ ਘੱਟੋ ਘੱਟ ਹੈਗੇ ਸੀ 9-10 ਜਣੇ। ਸਰ ਮੈਂ ਆਇਆ, ਮੈਂ ਮਤਲਬ ਕਿ ਮੈਂ ਘਰੇ ਸੀ, ਖੱਪ ਪਈ, ਫਿਰ ਮੈਂ ਦੌੜਿਆ ਆਪਣੇ ਬ੍ਰਦਰ ਦੇ, ਸੱਟ ਲੱਗੀ, ਮੈਂ ਜ਼ਖਮ ਉਹਦੇ ਜਾਂ ਸੱਟ ਲੱਗੀ, ਇੱਕ ਮੇਰਾ ਘੁੱਲਾ ਭਰਾ, ਠੀਕ ਹੈ, ਤੇ ਇੱਕ ਜਸ਼ਨ ਤੇ ਇੱਕ ਮੇਰਾ ਭਰਾ ਦਵੀਜ, ਠੀਕ ਹੈ, ਉਹਨੂੰ ਇਹਨਾਂ ਨੇ ਗੁੱਝੀਆਂ ਸੱਟਾਂ ਲਾਈਆਂ ਉਹਨਾਂ ਨੂੰ ਲੰਮੇ ਪਾ ਕੇ, ਇਹਨਾਂ ਨੇ ਪਿਓ ਪੁੱਤਾਂ ਨੇ ਨਾਲ ਇਹਨਾਂ ਦੇ ਮੁੰਡੇ ਸੀ, ਬਾਕੀ ਅਨਪਰਛਾਤੇ ਦਾ ਮੈਨੂੰ ਪਤਾ ਨਹੀਂ, ਕਲਿਆਣ ਦਾ ਮੁੰਡਾ ਜਨਾਨਾ ਆ ਕੀ ਬੋਂਡੂ, ਠੀਕ ਹੈ, ਉਹ ਗੋਮ ਜੀ ਸੀ, ਠੀਕ ਹੈ, ਤੇ ਮੈਂ ਜਦੋਂ ਗਿਆ ਨਾ ਇਹ ਥਾਣੇ ਆਏ ਸੀ, ਮੈਂ ਥਾਣੇ ਆ, ਮੈਂ ਇਹਨਾਂ ਨੂੰ ਕਿਹਾ ਕਿ ਲੜਾਈ ਕਾਹਦੀ ਗੱਲ ਹੋਈ, ਇਹ ਮੈਨੂੰ ਆਣ ਕੇ ਪੈਣ ਲੱਗੇ ਕਿ ਆ ਤੂੰ ਯੂਕੇ, ਤੂੰ ਬੜਾ ਬਦਮਾਸ਼ ਬਣਿਆ ਤਾ, ਇਹ ਮੇਰੇ ਪਾਸ ਹੋ ਹੈਗੇ ਆ, ਇੰਨੇ ਜੋਗੇ ਹੈਗੇ ਆ, ਸਰ ਇਹਨਾਂ ਦਾ ਪਿਓ ਮਾਲਸ਼ਾ ਕਰਦੇ ਰਹੇ ਮੇਰੀ। ਰਕੇਸ਼ ਜੀ, ਰਕੇਸ਼ ਮਲਹੋਤਰਾ, ਮੇਰਾ ਭਤੀਜਾ ਜੀ, ਪਤਾ ਨਹੀਂ ਮੈਂ ਤੇ ਨਗਰ ਕੌਂਸਲ ਦਫ਼ਤਰ ਦੇ ਵਿੱਚ ਆਪਣੇ ਅੱਜ ਅਪਲਾਈ ਕੀਤੇ ਉਹ ਆਪਣੇ ਲੈਣ ਲਈ ਲੈਟਰ, ਅਤੇ ਉਹਦੇ ਬਾਰੇ ਆਪਾਂ ਉੱਥੇ ਬੈਠੇ ਦੇ ਸੀ, ਮੈਨੂੰ ਫੋਨ ਆਇਆ ਵੀ ਇੱਦਾਂ ਦਾ ਝਗੜਾ ਹੋ ਗਿਆ ਵਾ, ਅਤੇ ਮੈਂ ਤੁਰੰਤ ਉੱਥੋਂ ਸਾਰੇ ਘਰ ਵਿੱਚ ਛੱਡ ਕੇ ਅਤੇ ਇੱਥੇ ਆ ਗਿਆ, ਤਾਂ ਜਾ ਕੇ ਦੇਖਿਆ ਕਿ ਮੁੰਡੇ ਦੇ ਗੋਲੀ ਲੱਗੀ ਦੀ ਆ, ਦੂਜੇ ਮੁੰਡੇ ਦੇ ਗੋਟਰ ਦੇ ਇਹਨਾਂ ਨੇ ਮਾਰਿਆ ਜੀ, ਗੋਟ ਲਾਤਾ ਜੀ, ਝਗੜਾ ਖਾਲਸਾ ਸਕੂਲੇ ਹੋਇਆ ਜੀ, ਉਹਦੇ ਬੈਕ ਸਾਈਡ 'ਤੇ ਜਿੱਥੇ ਗੱਡੀ ਵੀ ਭੰਨੀ ਸਾਡੀ, ਹਾਂਜੀ ਗੱਡੀ ਭੰਨੀ ਆ ਜੀ, ਮੈਨੂੰ ਨਹੀਂ ਜੀ ਇਸ ਬਾਰੇ ਪਤਾ ਕਿੰਨੇ ਬੰਦੇ ਸੀ, ਬਾਕੀ ਇਹ ਬੱਚਿਆਂ ਨੂੰ ਪਤਾ ਜੀ ਜੋ ਹੈ, ਮੈਂ ਤਾਂ ਦਫ਼ਤਰ ਹੈਗਾ ਸੀ, ਕਿਤੇ ਗੋਲੀ ਲੱਗੀ ਦੀ ਜੀ, ਇੱਕ ਤਾਂ ਗੋਟ ਲਾਤਾ ਜੀ, ਜਸ਼ਨ।
ਤੁਸ਼ਾਰ ਉਹਦੇ ਗੁੱਟ ਲਾਇਆ ਜੀ, ਗੁੱਟ ਤੇ ਸੱਟ ਲੱਗੀ ਦੀ ਜੀ। ਅਸੀਂ ਨਹਿਰੂਗੜ੍ਹ ਬੱਲਾ ਮੁਹੱਲਾ ਵਾਲਮੀਕੀ ਜੀ, 22 ਸਾਲ ਦੋਵੇਂ ਬੱਚੇ ਆਪਣੇ ਭਰਾ ਜੇ, ਹਾਂਜੀ ਤਾਏ ਚਾਚੇ ਦੇ ਮੁੰਡੇ ਆ, ਅਤੇ ਦੋਵਾਂ ਦੀ 22 ਸਾਲ ਉਮਰ ਆ, ਇੱਕ ਦੀ 22 ਸਾਲ। ਜਸ਼ਨ ਮਲਹੋਤਰਾ ਨਾਂ ਦਾ ਪੇਸ਼ੈਂਟ ਹੈ, ਇਹਦੀ ਰਾਈਟ ਆਰਮ 'ਤੇ ਸੱਟ ਹੈਗੀ ਹੈ ਅਤੇ ਇਹਦਾ MLR ਕੀਤੀ ਗਈ ਹੈ, ਥੋੜ੍ਹਾ ਬਲੀਡਿੰਗ ਹੋ ਰਹੀ ਹੈ ਅਤੇ ਕੋਈ 1.5 ਸੈਂਟੀਮੀਟਰ ਦੀ ਸੱਟ ਹੈਗੀ ਹੈ ਰਾਈਟ ਆਰਮ ਦੇ ਬਾਹਰਲੇ ਪਾਸੇ। ਇਹਦਾ ਹੁਣ ਐਕਸਰੇ ਕਰਾਵਾਂਗੇ, ਉਹਦੇ 'ਚ ਕਲੀਅਰ ਹੋ ਜਾਏਗਾ ਐਕਸਰੇ 'ਚ। ਹਾਂਜੀ, ਹੁਣ ਇਸ ਲਈ ਮੈਂ ਐਕਸਰੇ ਕਰਾਉਣ ਲੱਗਿਆ, ਪਤਾ ਚੱਲ ਜਾਏਗਾ ਦੂਸਰੇ ਪਾਸੇ ਵਾਉਂਡ ਨਹੀਂ ਹੈਗਾ, ਇੱਕ ਪਾਸੇ ਜੇਕਰ ਐਂਟਰੀ ਵੂੰਡ ਹੈਗਾ ਅਤੇ ਦੂਜਾ ਐਗਜਿਟ ਵੂੰਡ ਹੋਣਾ ਚਾਹੀਦਾ, ਪਰ ਉਹ ਐਗਜਿਟ ਵੂੰਡ ਨਹੀਂ ਹੈਗਾ, ਇਸ ਲਈ ਐਕਸਰੇ ਕਰਾਉਣ ਲੱਗੇ, ਹੁਣ ਕਲੀਅਰ ਹੋ ਜਾਏਗਾ। ਦੂਸਰੇ ਦੇ ਕੋਈ ਸ਼ਾਰਪ ਸੱਟ ਹੈਗੀ ਹੈ ਨੀਅਰ ਰਿਸਟ ਜੁਆਇੰਟ ਦੇ ਲਾਗੇ। ਹਾਂਜੀ, ਹਾਲਾਤ ਅੰਡਰ ਆਬਜ਼ਰਵੇਸ਼ਨ ਹੈ, ਥੋੜ੍ਹੇ ਸਟੇਬਲ ਨੇ ਲੇਕਿਨ ਅੰਡਰ ਆਬਜ਼ਰਵੇਸ਼ਨ। ਇਹ ਇੱਕ ਹੀ ਮਹੱਲੇ ਨੂੰ ਬਿਲੋਂਗ ਕਰਦੇ ਆ ਨਹਿਰੂ ਗੇਟ ਤੋਂ, ਇਹਨਾਂ ਦੇ ਪਹਿਲਾਂ ਵੀ FIRs ਵਗੈਰਾ ਚੱਲਦੀ ਰਹੀ ਹੈ, ਪਹਿਲਾਂ ਤੋਂ ਲਾਗ ਡਾਟ ਹੋਣ ਕਰਕੇ ਕੋਈ ਨਾ ਕੋਈ ਕਮੈਂਟਬਾਜ਼ੀ ਹੋਣ ਕਰਕੇ, ਅਤੇ ਇਹ ਇਹਨਾਂ ਨੇ ਰੋਸ਼ 'ਚ ਆ ਕੇ ਅੱਜ ਵੀ ਜਿੱਦਾਂ ਲੜਾਈ ਕੀਤੀ ਆਪਣੇ ਮੁਹੱਲੇ 'ਚ, ਉਸ ਤੋਂ ਬਾਅਦ ਦੋਵੇਂ ਜਣੇ ਇੱਥੇ ਕੰਪਲੇਂਟ ਦੇਣ ਆ ਗਏ ਸੀਗੇ ਥਾਣੇ, ਅਤੇ ਉਸ ਅਕੋਰਡਿੰਗ ਮੈਂ ਇੱਕ ਦੀ ਪਾਰਟੀ ਦੀ ਆਪਾਂ ਬਿਆਨ ਲੈ ਰਹੇ ਹਾਂ, ਅਤੇ ਕੁਛ ਜਿਹੜੇ ਹੋਸਪਿਟਲਾਈਜ਼ ਹੋ ਰਹੇ ਮੈਂ ਉੱਥੇ ਚੈੱਕ ਕਰਨ ਜਾ ਰਹੀ ਹਾਂ, ਅਤੇ ਡਿਊਟੀ ਆਫਿਸਰ ਬਿਆਨ ਲੈਣ ਤੋਂ ਬਾਅਦ ਨਾਲ ਦੇ ਨਾਲ ਹੀ ਆਪਾਂ ਫਿਰ ਇਨਵੈਸਟੀਗੇਸ਼ਨ ਸਟਾਰਟ ਕਰ ਲਾਂਗੇ, CCTVs ਨਾਲ ਕਿੱਥੇ ਕਿੱਥੇ ਲੜੇ, ਕੀ ਗੱਲਬਾਤ ਹੋਈ ਹੈ। ਨਹੀਂ, ਗੋਲੀ ਚੱਲਣ ਦਾ ਐਗਜੈਕਟ ਅਜੇ ਤੱਕ ਤਾਂ ਕਿਸੇ ਨੇ ਵੀ ਨਹੀਂ ਦੱਸਿਆ ਇੱਦਾਂ ਦੀ ਕੋਈ ਗੱਲਬਾਤ, ਬਾਕੀ ਆਪਾਂ ਇੰਜਰੀਜ਼ ਚੈੱਕ ਕਰ ਲੈਂਦੇ ਕਿ ਕੋਈ ਇੱਦਾਂ ਦੀ ਕੋਈ ਗੱਲਬਾਤ ਹੈਗੀ ਹੈ ਕਿ ਨਹੀਂ। ਫਸਟ ਇਨਫੋਰਮੇਸ਼ਨ ਆਈ ਕਿ ਕਿੰਨੇ ਲੋਕ ਇੰਜਰਡ ਹੋਏ ਨੇ? ਇੰਜਰੀ ਐਸ ਐਸ ਤੇ ਇੱਕ ਪਾਰਟੀਸ ਤੋਂ ਜਿੱਦਾਂ ਜਤਿੰਦਰ ਕਲਿਆਣ ਤੇ ਇਹਨਾਂ ਦੇ ਨਾਲ ਇੱਕ ਦੋ ਜਣੇ ਇਹ, ਤੇ ਦੂਸਰੀ ਚੋਂ ਵੀ ਦੋ ਜਣੇ ਕਹਿ ਰਹੇ, ਚਾਰ ਲੋਕ ਕਹਿ ਰਹੇ। ਤੁਸੀਂ ਜਾ ਰਹੇ ਹੋ ਮੌਕੇ ਤੇ? ਮੈਂ ਮੌਕਾ ਦੇਖ ਕੇ ਨਾਲ ਹੀ ਸਿਵਲ ਹਸਪੀਟਲ ਜਿਹੜੇ ਇੰਜਰਡ ਵਨਸ ਹਨ ਉਹਨੂੰ ਚੈੱਕ ਕਰਾਂਗੀ। ਜਿਨ੍ਹਾਂ ਨੇ ਥਾਣੇ ਦੇ ਅੰਦਰ ਹੱਲਾ ਗੁੱਲਾ ਕੀਤਾ ਉਹਨਾਂ ਦੇ ਖਿਲਾਫ ਵੀ ਕਾਰਵਾਈ? ਹਾਂਜੀ ਹਾਂਜੀ, ਬਿਲਕੁਲ ਹੋਈ।